ਮੈਂ ਹੰਜਗਰੂਪਾੜ ਐਮ ਐਲ ਏ ਸ੍ਰੀ ਫਲੀਟਵੁੱਡ ਇੱਕ ਹੋਰ ਫੇਰ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੇ ਲਈ ਤਾਜ਼ਾ ਜਿਹੜੀ ਅਪਡੇਟ ਜਾਣਕਾਰੀ ਲੈ ਕੇ ਅੱਜ 20 ਨਵੰਬਰ 2021 ਦੇ ਲਈ ਸਭ ਤੋਂ ਪਹਿਲਾਂ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਅੱਜ ਸ਼ਾਮ ਤੋਂ ਕੱਲ ਸਵੇਰ ਤੱਕ ਬੀਸੀ ਦੇ ਕਈ ਥਾਵਾਂ ਤੇ ਭਾਰੀ ਤੂਫਾਨ ਆਉਣ ਦੀ ਸੰਭਾਵਨਾ ਬਣੀ ਹੋਈ ਹੈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਤੂਫਾਨ ਹੋ ਸਕਦਾ ਹੈ ਇਹ ਜਿੰਨਾ ਥਾਂ ਤੇ ਆ ਸਕਦਾ ਉਹਨਾਂ ਥਾਵਾਂ ਵਿੱਚ ਸ਼ਾਮਲ ਸ਼ਾਮਲ ਹੈ ਕੋਸਟਲ BC ਯਾਨੀ ਸਮੁੰਦਰ ਦੇ ਨਾਲ ਲੱਗਦੇ ਇਲਾਕੇ ਅਤੇ ਸਾਊਥ-ਵੈਸਟ BC ਜਿਹਦੇ ਵਿੱਚ ਸ਼ਾਮਲ ਹੈ ਗ੍ਰੇਟਰ ਵੈਨਕੂਵਰ ਫਰੇਜ਼ਰ ਵੈਲੀ ਤੇ ਸਨਸ਼ਾਈਮ ਕੋਸਟ ਜੇਕਰ ਕਿਸੇ ਵੀ ਕਮਿਊਨਿਟੀ ਦੇ ਲੋਕਾਂ ਦੀ ਸੇਫਟੀ ਨੂੰ ਖਤਰਾ ਖੜਾ ਹੋ ਜਾਂਦਾ ਹੈ ਤਾਂ ਸੂਬਾ ਸਰਕਾਰ ਲੋਕਾਂ ਦੇ ਬਚਾਅ ਲਈ ਰੈਡ ਅਲਰਟ ਜਾਰੀ ਕਰਨ ਦੇ ਲਈ ਮੁਕੰਮਲ ਤੌਰ ਦੇ ਉੱਤੇ ਤਿਆਰ ਹੈ ਜੇਕਰ ਕਿਸੇ ਖਤਰੇ ਕਰਕੇ ਲੋਕਾਂ ਨੂੰ ਏਵੈਕੂਏਸ਼ਨ ਆਰਡਰ ਜਾਰੀ ਕੀਤੇ ਜਾਂਦੇ ਹਨ ਯਾਨੀ ਘਰ ਛੱਡ ਕੇ ਜਾਣ ਲਈ ਕਿਹਾ ਜਾਂਦਾ ਤਾਂ ਸਾਡੀ ਬੇਨਤੀ ਹੈ ਕਿ ਲੋਕਲ ਸਰਕਾਰਾਂ ਦੀ ਹਦਾਇਤਾਂ ਨੂੰ ਮੁਕੰਮਲ ਤੌਰ ਦੇ ਉੱਤੇ ਉਹਨਾਂ ਦੀ ਪਾਲਣਾ ਕੀਤੀ ਜਾਵੇ BC ਹਾਈਵੇਜ਼ ਪ੍ਰਤੀ ਲੇਟੈਸਟ ਜਾਣਕਾਰੀ ਕਰਮਚਾਰੀ ਹਾਈਵੇਜ਼ ਰੈਜ਼ਿਡੈਂਸ ਅਤੇ ਫਾਰਮ ਲੈਂਡ ਨੂੰ ਪ੍ਰੋਟੈਕਟ ਕਰਨ ਦੇ ਲਈ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੇ ਹਨ ਤਾਂ ਕਿ ਨੁੜਿੰਦੀ ਰਿਪੇਅਰ ਕਰਕੇ ਹਾਈਵੇਜ਼ ਨੂੰ ਜਲਦੀ ਤੋਂ ਜਲਦੀ ਦੁਬਾਰਾ ਖੋਲ੍ਹਿਆ ਜਾ ਸਕੇ ਤੇ ਲੋਕਾਂ ਤੱਕ ਸਪਲਾਈਜ਼ ਪਹੁੰਚਦੀਆਂ ਕੀਤੀਆਂ ਜਾ ਸਕਣ ਕੱਲ ਅਸੀਂ ਹਾਈਵੇ 3 ਅਤੇ 99 ਦੁਬਾਰਾ ਖੋਲ੍ਹ ਦਿੱਤੇ ਹਨ ਇਹ ਯਕੀਨੀ ਬਣਾਉਣ ਤੋਂ ਬਾਅਦ ਕਿ ਇਹ ਹਾਈਵੇ ਟਰੈਵਲ ਕਰਨ ਦੇ ਲਈ ਮੁਕੰਮਲ ਤੌਰ ਦੇ ਉੱਤੇ ਸੇਫ ਹਨ ਪਰ ਯਾਦ ਰਹੇ ਕਿ ਹਾਈਵੇ 99 ਨੂੰ ਅੱਜ ਸ਼ਾਮ ਦੇ 4 ਵਜੇ ਤੋਂ ਪੈਂਬਰਟਨ ਅਤੇ ਲਿਲੋਟ ਦੇ ਵਿੱਚ ਕਾਰ ਬੰਦ ਕੀਤਾ ਜਾ ਰਿਹਾ ਹੈ ਹਾਈਵੇ 1 ਹਾਲੇ ਤੱਕ ਫਰੇਜ਼ਰ ਵੈਲੀ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਹਾਈਵੇ 7 ਸਿਰਫ ਕਮਰਸ਼ੀਅਲ ਵਹੀਕਲ ਦੇ ਲਈ ਹੀ ਖੋਲਿਆ ਗਿਆ ਹੈ ਮੈਂ ਲੋਕਾਂ ਦੇ ਸਹਿਯੋਗ ਅਤੇ ਸਬਰ ਦੇ ਲਈ ਤਹਿ ਦਿਲੋਂ ਲੋਕਾਂ ਦਾ ਧੰਨਵਾਦ ਕਰਦਾ ਅਸੀਂ ਇਹ ਸਮਝਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਕੰਮ ਤੇ ਜਾਣ ਦੇ ਲਈ ਸਕੂਲ ਜਾਣ ਦੇ ਲਈ ਜਾਂ ਕੋਈ ਅਪਾਇੰਟਮੈਂਟ ਅਟੈਂਡ ਕਰਨ ਦੇ ਲਈ ਤਕਲੀਫਾਂ ਆ ਰਹੀਆਂ ਹਨ ਇਹ ਸਿਰਫ ਵਕਤੀ ਤੌਰ ਤੇ ਹੈ ਅਸੀਂ ਇਕੱਠੇ ਹੋ ਕੇ ਬਹੁਤ ਜਲਦੀ ਇਸ ਔਖੇ ਸਮੇਂ ਦੇ ਵਿੱਚੋਂ ਨਿਕਲ ਜਾਵਾਂਗੇ ਅੰਤ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਤੂਫਾਨਾਂ ਦੇ ਲਈ ਮੁਕੰਮਲ ਤੌਰ ਦੇ ਉੱਤੇ ਤਿਆਰ ਹੈ ਸਾਡੇ ਕਰੂਜ਼ ਅਤੇ ਇਕਵਿਪਮੈਂਟ ਰੈਡੀ ਨੇ ਅਤੇ ਲੋਡ ਪੈਣ ਮੁਤਾਬਕ ਤੁਰੰਤ ਮੁਵਕੀਤੇ ਜਾ ਸਕਦੇ ਹਨ ਸਾਰੇ ਲੋਕਾਂ ਨੂੰ ਵਿਸ਼ੇਸ਼ ਕਰਕੇ ਟਰੱਕਾਂ ਵਾਲੇ ਦੋਸਤਾਂ ਨੂੰ ਇਹ ਬੇਨਤੀ ਹੈ ਕਿ ਮੌਸਮ ਦੀ ਜਿਹੜੀ ਲੇਟੈਸਟ ਜਾਣਕਾਰੀ ਹੈ ਭਿਕ ਭਿਕ ਬਾਣੀ ਭਿਕ ਬਾਣੀ ਹੈ ਉਸ ਤੇ ਲਗਾਤਾਰ ਜਿਹੜੀ ਨਜ਼ਰ ਰੱਖੀ ਜਾਵੇ ਔਰ ਖਾਸ ਕਰਕੇ ਟਰੈਵਲ ਕਰਨ ਤੋਂ ਪਹਿਲਾਂ ਡਰਾਈ ਬੀ ਸੀ ਤੇ ਜਾ ਕੇ ਲੇਟੈਸਟ ਜਾਣਕਾਰੀ ਲਈ ਜਾਵੇ ਸੋ ਇਹ ਸੀ ਅੱਜ ਦੇ 30 ਨਵੰਬਰ 2021 ਦੇ ਲੇਟੈਸਟ ਅਪਡੇਟਸ ਕੱਲ ਨੂੰ ਇੱਕ ਵਾਰੀ ਫੇਰ ਅਸੀਂ ਲੋਕਾਂ ਸਾਹਮਣੇ ਕੱਲ ਦੇ ਅਪਡੇਟ ਲੈ ਕੇ ਤੁਹਾਡਾ ਸਾਹਨ ਹੋਵਾਂਗੇ ਮਿਹਰਬਾਨੀ